पापा आ गए साड़ी आ गई ना तमहान वाली बात से कर ले नहीं चांद वाली बात से हां भाई जल्दी हो लाल एक प्लेयर से फिर दबा जो होता हां दो आवा देता एक एक भाई ने ले ना एक एक भाई ने ले ना ये तो आप ला एक एक प्लेयर से फिर दबा जो होता ना ये बन जाता कितना काम जा रही लगी ठीक ठीक है कोई खादी तक बोल रहा है ठीक कर रहा है ठीक कर रहा है नहीं ठीक रहा हां तो आप क्या करते हैं तो काल की थी तेरी बात बदल दी जा रही है मैं रेस्टी बोल रहा सफर कर रहा ना उसे जा के ना दाने पर भी दे तो ये तो बोल रही है बात चला पर ठीक है ठीक है मैनू भी भावे बिच वाड़ दवे ठंडा करने वास्ते हाँ जी शाम का टाइम हो गया ठंडी ठंडी आवाज चलती पी फरान दे पापा अज सुबह ही आए सुबह तो सुते पे आ बिलकुल सुके पे कल इंशाल्लाह ना मजदूर ने किया वा फोन कल आ जाएगा ना दो बंदे ले आएगा दो पल्ली शाख ना दो चुके पल्ली च पाई जाएंगे जी जी फिर दो बंदे चुकी जाएंगे तो एक बंदा पाई जाएगा सही बात है बहुत किरदे किरदे सुक जी गए सारे है ना किरदे देखा सारा सब मुंह अड्डे आए ना देखा तिली वेच नजर आंदी वाला देखो कितना निकल रहा है एक लोडी दे विच कितने निकले हां जी हां जी कोई ना कोई दाना दे विच होना इस तरह ही है जी जी अजय ना महंगे बहुत है हां इसमें कहंदे 17 18000 ना मान 40 किलो मान हां 40 किलो महंगे बड़े है ना लेकिन दे माशाल्लाह बहुत साडे ना बहुत लगे सी ना जी जी माड़े माड़े जड़ी सी ना पाइयां दे हां जी हां जी वो 8 9 मान 10 मान सही है ਇਹਨਾਂ ਨੇ ਇਦਾਂ ਹੀ ਇੱਥੇ ਨਾਲ ਪੱਲੀ ਵਿਛਾ ਕੇ ਜੀ ਉਹ ਚੁੱਕ ਕੇ ਪੂਰੀ ਸਿੱਧੀ ਮੁੰਦੀ ਨਹੀਂ ਕਰਦੀ ਅੱਛਾ ਸਿੱਧੀ ਚੁੱਕ ਕੇ ਤੁਹਾਨੂੰ ਭਾਈ ਨੂੰ ਕਹਾਂ ਦੇ ਨਾਲ ਪੱਲੀ ਤੇ ਪਾਈਆਂ ਦੋ ਬੰਦੇ ਚੁੱਕ ਕੇ ਤੇ ਉੱਥੇ ਤਰਪਾਲ ਥੱਲੇ ਵਿਛਾਈ ਹੋਵੇ ਨਾ ਹਾਂਜੀ ਉੱਥੇ ਚਿੱਟੇ ਮੈਂ ਕਿਹਾ ਨਾਲ ਨਾਲ ਹੀ ਚੱਕ ਕੇ ਖਾਣੇ ਖਰੇ ਮਸ਼ੀਨ ਕੋਲ ਨਾਲ ਨਾਲ ਜ਼ਿਆਦਾ ਬੰਦੇ ਫਿਰ ਇਕੱਠੇ ਕਰਨੇ ਰਹਣੇ ਨੇ ਨਾ ਅੱਛਾ ਜੇ ਤਾਂ ਮਸ਼ੀਨ ਲੱਗੀ ਹੋਵੇ ਨਾ ਫਿਰ ਤੇ ਦੋ ਬੰਦੇ ਉੱਥੇ ਇੱਕ ਬੰਦੇ ਚੁੱਕ ਕੇ ਵੇਚ ਛੱਡਣ ਤੇ ਕਮ ਅਸ ਕਮ ਹੀ 4 ਬੰਦੇ ਇੱਥੇ ਚੁੱਕਣ ਦੇ दो पलियां लैके ऐदा ही चुके बड़े प्यार नाल बड़े प्यार नाल तरपाल दाना जो तरपाल डिगदा जाएगा जो पलियां दाना हो पलियां चुके पराठे पकाओ तुसी जो मर्जी थाली पाओ उस तरह गरम पराठे पकाओ तो गरम तो होना ही एक नेचुरल खुलास खुरा के किसी किस्म की कोई मिलावट नहीं कोई केमिकल नहीं जरा बाजारों तो फिर आयल लेंदे या केल लेंदे ओ तो ओदे विच केमिकल होंदे मिलावट होंदी सही बात ते हुण जरा सरों दा तेल असी इस्तेमाल करने ओ वी एक नेचुरल चीज है बिल्कुल जी जी ओदे विच ना किसे किस्म सही गल ओ ओ खेल दे
ਘਿਰਦੇ ਥੱਲੇ ਹਨਾ ਬੜੇ ਪਿਆਰ ਨਾਲ ਇਹਨਾਂ ਨੂੰ ਨਾ ਜਿਨ੍ਹਾਂ ਦੇ ਥੱਲੇ ਨੂੰ ਮੂੰਹਾਂ ਡੋਡੀਆਂ ਦੇ ਉਹਨਾਂ ਨੂੰ ਵਿੱਚੋਂ ਕਿਰਨੇ ਆ ਸੁੱਕਦੇ ਪੱਕਦੇ ਕਿਸੇ ਤੇ ਵੀ ਨਹੀਂ ਰੱਖੇ ਨਾ ਇੱਕ ਸਾਈਡ ਤੋਂ ਨਾ ਬਣੀਆਂ ਪਰ ਥੱਲੇ ਪਲੇ ਇਸ ਤਰ੍ਹਾਂ ਹਲਾਇਆ ਹਨਾ ਹਾਂ ਜਦੋਂ ਇਸ ਤਰ੍ਹਾਂ ਚੁੱਕ ਲੈ ਨਾ ਕੋਈ ਨਾ ਕੋ ਦਾਣਾ ਯਾਰ ਕਿਰਦਾ ਇੰਨਾ ਤੇ ਸਿੱਕਦੇ ਆ ਕਿੰਨੇ ਤੇ ਹੈਗੇ ਉਹ ਤਰ੍ਹਾਂ ਜਰ ਬੜਾ ਨਾ ਇਸ ਜਾਤ ਨਾਲ ਚੁੱਕਣੇ ਪੈਣੇ ਹਨਾ ਤੇ ਬਾਕੀ ਫਿਰ ਜਿਹੜਾ ਜਿਸ ਟਾਈਮ ਉੱਥੇ ਤਰਪਾਲ ਤੇ ਲੱਗਾ ਨਾ ਉਦੋਂ ਵਿੱਚ ਲਾਚਰ ਚਲੇ ਜਾਣੇ ਤਰਪਾਲ ਨੂੰ ਇਦਾਂ ਹੀ ਚੁੱਕ ਕੇ ਤੇ ਜਿਹੜਾ ਉੱਥੇ ਕਿੜੇ ਹੋਏ ਉਹਨੂੰ ਚੁੱਕ ਕੇ ਮਸ਼ੀਨ ਦੇ ਮਾਰਾਂਗਾ ਸਾਫ਼ ਕਰਕੇ ਚੱਲ ਜੀ ਜੀ ਉਸ ਤਰ੍ਹਾਂ ਦੇਖ ਲਓ ਹੁਣ ਥਰੈਸ਼ਰ ਹਰ ਚੀਜ਼ ਹੀ ਕਰ ਦਿੰਦੀ ਹੈ ਹਨਾ ਹਰ ਚੀਜ਼ ਅੱਗੇ ਇਹਨਾਂ ਨੂੰ ਇੱਕ ਇੱਕ ਗੱਠੜੀ ਫੜ ਕੇ ਪੂਲਾ ਇਹਨੂੰ ਝਾੜੀਦਾ ਸੀ ਹਨਾ ਦੋ ਦੋ ਦਫਾ ਝਾੜ ਕੇ ਹੁਣ ਵੀ ਝਾੜੋ ਤੁਸੀਂ ਦੋ ਦਫਾ ਝਾੜ ਲਓ ਤੇ ਸਾਲ ਪੂਰਾ ਬਾਲਣ ਨਹੀਂ ਮੁੱਕਦਾ ਬਾਲਣ ਬੜਾ ਬਣਦਾ ਫਿਰ ਹਨਾ ਇਹਨਾਂ ਸੁਣਾ ਤਵੀ ਦਾ ਬਾਲਣ ਬਣਦਾ ਸੀ ਇਹ ਬੀਜੇ ਤੇਸੇ ਵਾਸਤੇ ਸੀ ਨਾ ਜੀ ਬਾਲਣ ਵਾਸਤੇ ਬਾਲਣ ਵਾਸਤੇ ਹਾਂ ਜੀ ਪਰ ਤਿਲੀਆ ਕਹਿੰਦੇ ਇੱਕ ਵਾਰੀ ਝਾੜਿਆ ਨਿਕਲਦੀ ਨਹੀਂ ਇਹ ਦੋ ਤਿੰਨ ਵਾਰੀ ਝਾੜਨੀ ਪੈਂਦੀ ਠੀਕ ਹੈ ਫਿਰ ਵੀ ਨਹੀਂ ਪੂਰੀ ਨਿਕਲਦੀ ਸਹੀ ਆ ਇਹ ਮਸ਼ੀਨ ਦਾ ਕੰਮ ਹੁੰਦਾ ਮਸ਼ੀਨ ਦੇ ਸਾਰੀ ਡੋਡੀ ਮੂੰਹ ਨਹੀਂ ਨਾ ਖੋਲਦੀ ਇਸ ਤਰ੍ਹਾਂ ਹੀ ਉਹ ਤਿਲ ਜਿਹੜੇ ਹੁੰਦੇ ਉਹਨਾਂ ਦੀ ਡੋਡੀ ਮੋਟੀ ਮੋਟੀ ਹੁੰਦੀ ਨਾ ਉਹ ਮੂੰਹ ਖੋਲ ਜਾਂਦੀ ਤੇ ਝਾੜੇ ਜਾਂਦੇ ਆ ਹਨਾ ਚਲੋ ਅੱਛਾ ਸਹੀ ਆ ਅੱਲਾ ਤਾਲਾ ਖੈਰ ਕਰੀ ਇਸ ਰੱਖੇ ਤੇ ਹਾਂਜੀ ਕੱਲ ਨੂੰ ਉਹਨਾਂ ਦਾ ਜਿਹੜਾ ਹੁੰਦਾ ਨਾ ਮਿਸਾ ਜਾਇ ਵਿੱਚੋਂ ਨਿਕਲਦਾ ਮਸ਼ੀਨ ਦਾ ਜੀ ਜੀ ਉਹ ਵਿਕ ਜਾਂਦਾ ਉਹ ਵਿਕਦਾ ਹਾਂ ਵਾਹ ਜਿੰਨਾ ਅਸੀਂ ਖਰਚਾ ਕੀਤਾ ਨਾ 5000 ਰੁਪਇਆ ਵਧਾਈ ਦਿੱਤੀ ਮਸ਼ੀਨ ਵਾਲਿਆਂ ਦੇਣਾ 10-12 ਹਜ਼ਾਰ ਦਾ ਕਿੱਲੇ ਦਾ ਵਿਕ ਜਾਂਦਾ ਉਹ ਕੀ ਕਰਦੇ ਪੱਠੇ ਦੇ ਬਾਲਦੇ ਇੱਟਾਂ ਪਕਾਉਂਦੇ ਅੱਛਾ ਸਹੀ ਗੱਲ ਪੱਠੇ ਵਾਲੇ ਕਿਹੜੀ ਚਾਣੀ ਲੈਂਦੇ ਬਾਜਰੇ ਦਾ ਵੀ ਕੁੱਟਾ ਲੈ ਜਾਂਦੇ ਨੇ ਸਰੋਂ ਦਾ ਚਿੜਾਂ ਦਾ ਤੂੜੀ ਗੰਦਮ ਦਾ ਇਸ ਤਰ੍ਹਾਂ ਹਰ ਚੀਜ਼ ਲੈ ਜਾਂਦੇ ਜੀ ਜੀ ਚਲੋ ਅੱਛਾ ਅੱਗ ਬੁੱਝ ਗਈ ਤੁਸੀਂ ਉੱਤੇ ਸਿੱਟੇ ਮੈਂ ਕਿਹਾ ਤੈਨੂੰ ਇਹ ਦੇਣਾ ਦੇਣਾ ਪਿਆ ਤੇ ਫਿਰ ਕਿਸੇ ਦਿਨ ਬਾਰਿਸ਼ ਆ ਗਈ ਤੇ ਹਾਂਜੀ ਗਿੱਲੇ ਸੀ ਨਾ ਉਦਣ ਦੇ ਤੇ ਸੁੱਕਾ ਇੱਕ ਉਹ ਢੇਰੀ ਉੱਧਰ ਕੰਡਿਆਂ ਦੀ ਪਈ ਆ ਨਾਲ ਕਿੱਥੇ ਲਾ ਛੱਡ ਇੱਥੇ ਘਾਹ ਅਤੇ ਕਚਰਾ ਪਿਆ ਹੋਇਆ ਸੀ ਇਹਨੂੰ ਅੱਗ ਲਾ ਦਿੱਤੀ ਇਸ ਕਿ ਉਹਨੂੰ ਬਾਰਿਸ਼ ਆ ਕੇ ਤੇ ਫਿਰ ਗਿੱਲੀ ਜਗ੍ਹਾ ਹੋ ਜਾਂਦੀ ਫਿਰ ਬਲਦੇ ਨੇ ਤੂੜੀ ਦੀ ਕਿੰਨੀ ਸਾਰੀ ਪੰਬੀ ਪਈ ਆ ਉਹ ਇਸ ਘਾਹ ਦੇ ਉੱਤੇ ਸੁੱਟ ਕੇ ਇਸ ਸਾਰੇ ਬੰਨੇ ਦੇ ਉੱਤੇ ਅਤੇ ਇਹਨੂੰ ਅੱਗ ਲਾ ਦਾਂਗੇ ਫਿਰ ਉਹ ਨੀਚੇ ਜੜ੍ਹਾਂ ਤੱਕ ਸੁੱਕ ਜਾਂਦੇ ਆ ਹਰ ਵਕਤ ਸਾਫ਼ ਕਰੀਦਾ ਫਿਰ ਵੀ ਆ ਬਾਰਿਸ਼ ਹੋਈਆਂ ਨਾ ਬਾਰਿਸ਼ਾਂ ਪਹਿਲੇ ਤਾਂ ਉਹਦੇ ਨਾਲ ਘਾਹ ਬੂਟੀ ਸਾਰੇ ਉੱਗ ਪਏ ਦੇਖੋ ਖਾਲੇ ਵਿੱਚ ਮੋਟਰ ਤੁਸੀਂ ਚਲਾਈ ਅੱਛਾ ਫਰਹੰਦ ਬਾਬਾ ਮੋਟਰ ਚਲਾਈ ਸੀ ਮੱਝ ਨੂੰ ਪਾਣੀ ਪਿਲਾਉਂਦੇ ਸੀ ਅਤੇ ਉਹ ਘਰ ਮੋਟਰ ਬੰਦ ਕਰਨ ਗਏ ਅਤੇ ਮੱਝ ਫਿਰ ਘਰ ਨੂੰ ਲੱਗ ਪਈ ਆ ਇਹ ਜਿੱਥੋਂ ਲਿਆਂਦੀ ਸੀ ਉਹਨਾਂ ਨੇ ਇਸ ਤਰ੍ਹਾਂ ਖੁੱਲੀਆਂ ਛੱਡੀਆਂ ਹੁੰਦੀਆਂ ਸੀ ਮੱਝਾਂ ਨੂੰ ਅਤੇ ਇਹਨੂੰ ਚਰਨ ਦਾ ਬਹੁਤ ਸ਼ੌਕ ਆ ਚੱਲ ਫਿਰ ਕੇ ਇਸ ਕਰਕੇ ਜਦੋਂ ਖੋਲ੍ਹੀ ਦੀ ਇਹਨੇ ਫਟਾਫਟ ਘਾਹ ਦੇ ਉੱਤੇ ਜਾਣਾ ਵੀ ਮੈਂ ਚੱਲ ਫਿਰ ਕੇ ਅਤੇ ਖਾਵਾਂ ਪੀਵਾਂ ਚਾਰੀ ਲਵੇ ਉਹ ਫਿਰ ਉੱਥੇ ਪਹੁੰਚ ਗਿਆ ਜਦੋਂ ਖੋਲ੍ਹੀਏ ਮੈਂ ਕਿਹਾ ਇੱਥੇ ਘਾਹ 'ਤੇ ਆ ਕੇ ਲੱਗਦੀ ਆ ਹਾਂਜੀ ਹਾਂਜੀ ਮੱਝਾਂ ਜਿਹੜੀਆਂ ਖੁਸ਼ ਹੋ ਕੇ ਖਾਂਦੀਆਂ ਥੋੜ੍ਹਾ ਥੋੜ੍ਹਾ ਵੀ ਘਾਹ ਪਹੁੰਚਦੇ ਅੱਛਾ ਦੇਖ ਲਓ ਆ ਵੇਖੋ ਲਪੇਟੇ ਜਿਹੜੇ ਮੱਝਦੇ ਆ ਜਿਹੜਾ ਲਪੇਟੀ ਜਾਣੀ ਆਪੇ ਜਿਹੜੀ ਇੱਥੇ ਇੱਦਾਂ ਪਿੱਛੇ ਮੈਂ ਤਾਂ ਹੀ ਰੱਸੀ ਲਾਈ ਉੱਥੇ ਚਲੇ ਜਾਣਗੀਆਂ ਠੀਕ
पर थलो ना रंबा लेके करांगे सफाई पक्के पक्के।